ਮੋਦੀ ਸਰਕਾਰ ਨੂੰ ਕੇਂਦਰੀ ਸਤਾ 'ਚ ਆਏ ਹੋਏ 4 ਸਾਲ ਪੂਰੇ ਹੋ ਗਏ ਹਨ। ਮੋਦੀ ਸਰਕਾਰ 26 ਮਈ ਨੂੰ ਕੇਂਦਰੀ ਸਤਾ 'ਤੇ ਬਿਰਾਜਮਾਨ ਹੋਈ ਸੀ। ਇਹਨਾਂ 4 ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਕਈ ਕੰਮਾਂ ਨੂੰ ਲੈ ਕੇ ਕਾਫੀ ਚਰਚਾ 'ਚ ਰਹੇ, ਜਿਨ੍ਹਾਂ ਵਿੱਚ ਨੋਟਬੰਦੀ, GST ਅਤੇ ਉਹਨਾਂ ਦੇ ਵਿਦੇਸ਼ੀ ਦੌਰੇ ਸ਼ਾਮਲ ਹਨ। ਵਿਦੇਸ਼ੀ ਦੌਰਿਆਂ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਨੂੰ ਵੀ ਪਿੱਛੇ ਛੱਡ ਦਿੱਤਾ। ਖੈਰ, ਇਹਨਾਂ 4 ਸਾਲਾਂ ਦੌਰਾਨ ਮੋਦੀ ਸਰਕਾਰ ਦੀ ਕੀ ਕਾਰਗੁਜ਼ਾਰੀ ਰਹੀ, ਆਓ ਇਸ ਤੇ ਇੱਕ ਝਾਤ ਮਾਰੀਏ। ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਨੇ ਇਹਨਾਂ 4 ਸਾਲਾਂ ਦੌਰਾਨ ਸਵੱਛ ਭਾਰਤ ਅਭਿਆਨ, ਜਨ ਧਨ ਯੋਜਨਾ, ਉਜਵਲ ਯੋਜਨਾ, ਬੇਟੀ ਬਚਾਓ ਬੇਟੀ ਪੜ੍ਹਾਓ, ਡਿਜੀਟਲ ਇੰਡੀਆ ਅਤੇ ਮਨ ਕੀ ਬਾਤ ਜ਼ਰੀਏ ਜਨਤਾ ਨਾਲ ਜੁੜਨ ਦੀ ਪਹਿਲ ਕੀਤੀ, ਕਿਉਂਕਿ ਇਹਨਾਂ ਯੋਜਨਾਵਾਂ ਨਾਲ ਆਮ ਜਨਤਾ ਨੂੰ ਕਾਫੀ ਫਾਇਦਾ ਮਿਲਿਆ। ਇਸ ਤੋਂ ਬਾਅਦ ਭਾਜਪਾ ਇੰਨੀ ਮਜ਼ਬੂਤ ਹੋ ਗਈ ਕਿ ਇਸੇ ਮਜ਼ਬੂਤੀ ਸਦਕਾ ਉਸਨੇ ਕਈ ਸੂਬਿਆਂ 'ਤੇ ਸ਼ਾਨਦਾਰ ਫਤਿਹ ਹਾਸਲ ਕੀਤੀ। ਪਰ ਇਸ ਦੌਰਾਨ ਸਰਕਾਰ ਵੱਲੋਂ ਕੁਝ ਅਜਿਹੇ ਫੈਸਲੇ ਵੀ ਕੀਤੇ ਗਏ ਜਿਨ੍ਹਾਂ ਨਾਲ ਸਰਕਾਰ ਨੇ ਜਨਤਾ ਦੀ ਨਾਰਾਜ਼ਗੀ ਮੁੱਲ ਲੈ ਲਈ। ਇਹਨਾਂ ਵਿੱਚੋਂ ਪ੍ਰਮੁੱਖ ਹੈ ਨੋਟਬੰਦੀ। 8 ਨਵੰਬਰ ਨੂੰ ਨੋਟਬੰਦੀ ਦਾ ਫੈਸਲਾ ਭਾਵੇਂ ਸਰਕਾਰ ਨੇ ਕਾਲੇ ਧਨ ਨੂੰ ਬਾਹਰ ਕਰਨ ਦੇ ਮੰਤਵ ਨਾਲ ਲਿਆ ਸੀ, ਪਰ ਨੋਟਬੰਦੀ ਦੌਰਾਨ ਸਰਕਾਰ ਦੇ ਨਾਕਸ ਪ੍ਰਬੰਧਾਂ ਕਾਰਨ ਕਰੀਬ 100 ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ। ਅਜਿਹੇ ਵਿੱਚ ਫੈਸਲੇ ਦੇ ਸਹੀ ਹੋਣ ਦਾ ਫਿਰ ਕੀ ਅਰਥ ਰਹਿ ਜਾਂਦਾ ਹੈ, ਜਿਸ ਤੋਂ ਬਾਅਦ ਸੈਂਕੜੇ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਣ। ਸ਼ੁਰੂ ਵਿੱਚ 78% ਲੋਕਾਂ ਨੇ ਪ੍ਰਧਾਨ ਮੰਤਰੀ ਦੀ ਇਸ ਇਤਿਹਾਸਿਕ ਪਹਿਲ ਨੂੰ ਸਮਰਥਨ ਦਿੱਤਾ, ਪਰ ਜਿਵੇਂ ਹੀ ਸਰਕਾਰ ਦੇ ਨਾਕਸ ਪ੍ਰਬੰਧਾਂ ਦੀ ਪੋਲ ਖੁੱਲ੍ਹੀ ਤਾਂ ਇਸ ਸਮਰਥਨ ਦਾ ਗ੍ਰਾਫ ਹੇਠਾਂ ਉਤਰਨਾ ਸ਼ੁਰੂ ਹੋ ਗਿਆ। ਰੋਟੀ, ਸਬਜ਼ੀ, ਦਾਲ ਆਦਿ ਲਈ ਆਪਣੇ ਪੁਰਾਣੇ ਨੋਟ ਬਦਲਣ ਲਈ ਲਾਈਨਾਂ ਵਿੱਚ ਲੱਗੇ ਨਿਰਾਸ਼ ਲੋਕਾਂ ਦੀ ਖਿੱਚ ਅਤੇ ਵਿਰੋਧ ਕਾਰਨ ਇਹ ਗ੍ਰਾਫ ਹੋਰ ਹੇਠਾਂ ਡਿੱਗ ਗਿਆ ਅਤੇ 10 ਦਿਨ ਬਾਅਦ ਇਸ ਮੁਹਿੰਮ ਦਾ ਸਮਰਥਨ ਕਰਨ ਵਾਲਿਆਂ ਦੀ ਗਿਣਤੀ ਸਿਰਫ 46% ਰਹਿ ਗਈ। ਦੇਖਿਆ ਜਾਵੇ ਤਾਂ ਨੋਟਬੰਦੀ ਦਾ ਫੈਸਲਾ ਜਨਤਾ ਨੂੰ ਰਾਸ ਨਹੀਂ ਆਇਆ। ਇਸ ਤਰ੍ਹਾਂ 30 ਜੂਨ 2017 ਦੀ ਅੱਧੀ ਰਾਤ ਨੂੰ ਹੋਏ ਸਮਾਗਮ ਦੌਰਾਨ ਸਰਕਾਰ ਨੇ ਦੇਸ਼ ਵਾਸੀਆਂ ਨੂੰ ਵੱਖ ਵੱਖ ਕਰਾਂ ਤੋਂ ਰਾਹਤ ਦੇਣ ਲਈ ਸਭ ਤੋਂ ਵੱਡੇ ਕਰ ਸੁਧਾਰ ਵਜੋਂ ਵਸਤੂ ਅਤੇ ਸੇਵਾ ਕਰ ਯਾਨੀ GST ਨੂੰ ਲਾਗੂ ਕਰ ਦਿੱਤਾ, ਜਿਸ ਨਾਲ ਸਰਕਾਰ ਨੂੰ ਜ਼ਰੂਰ ਵੱਡਾ ਫਾਇਦਾ ਹੋਇਆ, ਪਰ ਜਨਤਾ ਨੂੰ ਕਈ ਚੀਜ਼ਾਂ ਵਿੱਚ ਭਾਰੀ ਮਹਿੰਗਾਈ ਦਾ ਸਾਹਮਣਾ ਕਰਨਾ ਪਿਆ। ਲੰਗਰ ਅਤੇ GST ਲਗਾਏ ਜਾਣ ਤੋਂ ਲੋਕ ਹਾਲੇ ਤੱਕ ਬੇਹੱਦ ਨਾਰਾਜ਼ ਹਨ। GST ਨਾਲ ਕਿਸਾਨਾਂ ਨੂੰ ਵੱਡੀ ਮਾਰ ਝੱਲਣੀ ਪੈ ਰਹੀ ਹੈ, ਕਿਉਂਕਿ ਕੀੜੇਮਾਰ ਦਵਾਈਆਂ ਉੱਪਰ 18% ਦੀ ਦਰ 'ਤੇ GST ਦਾ ਭੁਗਤਾਨ ਕਰਨਾ ਪੈ ਰਿਹਾ, ਜਿਸ ਨਾਲ ਖੇਤੀ ਲਾਗਤ ਵਿੱਚ ਹੋਰ ਵਾਧਾ ਹੋ ਰਿਹਾ। ਭਾਵੇਂ ਕਿ ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਦੀ ਗੱਲ ਆਖ ਰਹੀ ਹੈ, ਪਰ ਨਵੀਂ GST ਪ੍ਰਣਾਲੀ ਦੇ ਲਾਗੂ ਹੋਣ ਨਾਲ ਤਾਂ ਕਿਸਾਨਾਂ ਦੀ ਆਮਦਨ ਘਟਣ ਦਾ ਖਦਸ਼ਾ ਪੈਦਾ ਹੁੰਦਾ ਨਜ਼ਰ ਆ ਰਿਹਾ। ਇਹਨਾਂ 4 ਸਾਲਾਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਆਪਣੇ ਵਿਦੇਸ਼ੀ ਦੌਰਿਆਂ ਨੂੰ ਲੈ ਕੇ ਕਾਫੀ ਚਰਚਾ 'ਚ ਰਹੇ, ਆਓ ਜਾਣਦੇ ਹਾਂ ਭਾਰਤ ਨੂੰ ਇਹਨਾਂ ਦੌਰਿਆਂ ਤੋਂ ਕੀ ਹਾਸਲ ਹੋਇਆ। ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਦੌਰਿਆਂ ਦੀ ਗੱਲ ਕੀਤੀ ਜਾਵੇ ਤਾਂ PM ਮੋਦੀ ਨੇ ਇਹਨਾਂ 4 ਸਾਲਾਂ ਦੌਰਾਨ ਭਾਵ 1460 ਦਿਨਾਂ ਵਿੱਚ 78 ਵਿਦੇਸ਼ੀ ਦੌਰੇ ਕੀਤੇ, ਜਿਨ੍ਹਾਂ ਰਾਹੀਂ ਉਹਨਾਂ ਨੇ 134 ਦਿਨ ਵਿਦੇਸ਼ਾਂ ਵਿੱਚ ਗੁਜ਼ਾਰੇ। ਇਹਨਾਂ ਵਿੱਚੋਂ ਮੋਦੀ ਨੇ ਸਭ ਤੋਂ ਜ਼ਿਆਦਾ 5 ਵਾਰ ਅਮਰੀਕਾ ਦੀ ਯਾਤਰਾ ਕੀਤੀ, ਜਦਕਿ 3-3 ਵਾਰ ਚੀਨ ਅਤੇ ਰੂਸ, 2 ਵਾਰ ਜਾਪਾਨ ਦੀ ਯਾਤਰਾ ਕੀਤੀ। ਮੋਦੀ ਦੀ ਅਮਰੀਕਾ ਨਾਲ ਯਾਤਰਾ ਪ੍ਰਵਾਸੀ ਭਾਰਤੀਆਂ ਵਿੱਚ ਉਤਸ਼ਾਹ ਪੈਦਾ ਹੋਣ ਤੋਂ ਇਲਾਵਾ ਕੋਈ ਵੱਡਾ ਫਾਇਦਾ ਨਹੀਂ ਕਰ ਸਕੀ, ਬਲਕਿ ਇਸ ਨਾਲ ਚੀਨ ਦੇ ਮਨ ਵਿੱਚ ਭਾਰਤ ਨੂੰ ਲੈ ਕੇ ਵੱਡਾ ਸ਼ੱਕ ਜ਼ਰੂਰ ਪੈਦਾ ਹੋ ਗਿਆ, ਜੋ ਸ਼ਾਇਦ ਭਵਿੱਖ ਵਿੱਚ ਭਾਰਤ ਲਈ ਘਾਤਕ ਸਾਬਤ ਹੋ ਸਕਦਾ ਹੈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਦੀ ਚੀਨ ਯਾਤਰਾ ਦਾ ਵੀ ਭਾਰਤ ਨੂੰ ਕੋਈ ਫਾਇਦਾ ਨਹੀਂ ਹੋਇਆ, ਕਿਉਂਕਿ ਇਸ ਦੇ ਬਾਵਜੂਦ ਸਰਹੱਦੀ ਵਿਵਾਦ ਉਵੇਂ ਜਿਵੇਂ ਹੀ ਬਣਿਆ ਹੋਇਆ। ਜੇਕਰ ਮੋਦੀ ਦੀ ਰੂਸ ਦੀ ਯਾਤਰਾ ਦੀ ਗੱਲ ਕਰੀਏ ਤਾਂ ਉਸ ਨਾਲ ਭਾਰਤ ਨੂੰ ਸਿਰਫ ਇੰਨਾ ਫਾਇਦਾ ਹੋਇਆ ਕਿ ਭਾਰਤ ਨੂੰ ਹਥਿਆਰ ਕੁਝ ਸਸਤੇ ਰੇਟਾਂ 'ਤੇ ਮਿਲ ਜਾਣਗੇ। ਮੋਦੀ 2 ਵਾਰ ਜਾਪਾਨ ਯਾਤਰਾ 'ਤੇ ਗਏ, ਜਿਸ ਦਾ ਫਾਇਦਾ ਇਹ ਹੋਇਆ ਕਿ ਜਾਪਾਨ ਸਾਡੇ ਦੇਸ਼ ਵਿੱਚ ਬੁਲਟ ਟ੍ਰੇਨ ਸਮੇਤ ਕਈ ਪ੍ਰੋਜੈਕਟਾਂ ਵਿੱਚ ਮਦਦ ਕਰ ਰਿਹਾ। ਪਰ ਇਸ ਦੌਰਾਨ ਇਹ ਚਰਚਾ ਵੀ ਦੇਸ਼ ਦੇ ਲੋਕਾਂ ਵਿੱਚ ਛਿੜੀ ਰਹਿੰਦੀ ਹੈ ਕਿ ਪ੍ਰਧਾਨ ਮੰਤਰੀ ਨੂੰ ਆਪਣੇ ਦੇਸ਼ ਦੀ ਫਿਕਰ ਨਹੀਂ, ਉਹ ਹਰ ਤੀਜੇ ਦਿਨ ਵਿਦੇਸ਼ ਤੁਰੇ ਰਹਿੰਦੇ ਨੇ।
ਇਸ ਦੌਰਾਨ ਮੋਦੀ ਸਰਕਾਰ ਨੇ ਅਜਿਹੀਆਂ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਜੋ ਸਿੱਧੇ ਤੌਰ ਤੇ ਆਮ ਜਨਤਾ ਨਾਲ ਜੁੜੀਆਂ ਹੋਈਆਂ ਸਨ। ਇਹਨਾਂ ਯੋਜਨਾਵਾਂ ਸਦਕਾ ਭਾਜਪਾ ਦੀ ਸਥਿਤੀ ਕਾਫੀ ਜ਼ਿਆਦਾ ਮਜ਼ਬੂਤ ਹੋ ਗਈ। ਆਓ ਜਾਣਦੇ ਹਾਂ ਇਹਨਾਂ ਯੋਜਨਾਵਾਂ ਬਾਰੇ। ਆਪਣੇ 4 ਸਾਲਾਂ ਦੇ ਕਾਰਜਕਾਲ ਦੌਰਾਨ ਮੋਦੀ ਸਰਕਾਰ ਨੇ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਜਿਨ੍ਹਾਂ ਨੇ ਭਾਜਪਾ ਸਰਕਾਰ ਦੀ ਸਥਿਤੀ ਨੂੰ ਮਜ਼ਬੂਤ ਕੀਤਾ। 2 ਅਕਤੂਬਰ 2014 ਨੂੰ ਮੋਦੀ ਸਰਕਾਰ ਨੇ ਸਵੱਛ ਭਾਰਤ ਮੁਹਿੰਮ ਸ਼ੁਰੂ ਕੀਤੀ, ਜਿਸ ਤਹਿਤ 2 ਅਕਤੂਬਰ 2019 ਤੱਕ ਦੇਸ਼ਾਂ ਦੇ ਪਿੰਡਾਂ ਵਿੱਚ 1.96 ਲੱਖ ਕਰੋੜ ਰੁਪਏ ਦੀ ਲਾਗਤ ਨਾਲ 1.2 ਕਰੋੜ ਪਖਾਨੇ ਬਣਾਉਣ ਦਾ ਟੀਚਾ ਲਿਖਿਆ ਗਿਆ। ਸਰਕਾਰ ਨੇ ਇਸ ਮੁਹਿੰਮ ਤਹਿਤ ਅਪ੍ਰੈਲ 2018 ਤੱਕ 40,36,128 ਪ੍ਰਾਈਵੇਟ ਅਤੇ 3,06,064 ਕਮਿਊਨਿਟੀ ਅਤੇ ਜਨਤਕ ਪਖਾਨੇ ਬਣਾਏ, ਭਾਵ ਕੁੱਲ 49,42,000 ਪਖਾਨੇ ਬਣਵਾਏ ਅਤੇ ਇਸ ਨਾਲ 2212 ਸ਼ਹਿਰਾਂ ਨੂੰ ਖੁੱਲ੍ਹੇ ਵਿੱਚ ਪਖਾਨੇ ਤੋਂ ਮੁਕਤ ਐਲਾਨ ਕੀਤਾ ਗਿਆ। ਇਸੇ ਤਰ੍ਹਾਂ ਸਰਕਾਰ ਨੇ 28 ਅਗਸਤ 2014 ਨੂੰ ਜਨਧਨ ਯੋਜਨਾ ਲਾਂਚ ਕੀਤੀ, ਜਿਸ ਦਾ ਟੀਚਾ ਗਰੀਬਾਂ ਨੂੰ ਬੈਂਕਾਂ ਨਾਲ ਜੋੜਨਾ ਸੀ ਤਾਂ ਜੋ ਸਰਕਾਰ ਵੱਲੋਂ ਮਿਲਣ ਵਾਲੀ ਕੋਈ ਵੀ ਸਬਸਿਡੀ ਸਿੱਧੇ ਉਹਨਾਂ ਦੇ ਖਾਤਿਆਂ ਵਿੱਚ ਜਾ ਸਕੇ। ਸਰਕਾਰ ਨੇ ਅਗਸਤ 2018 ਤੱਕ 7 ਕਰੋੜ ਤੋਂ ਵੀ ਜ਼ਿਆਦਾ ਪਰਿਵਾਰਾਂ ਨੂੰ ਜੋੜਨ ਦਾ ਟੀਚਾ ਲਿਖਿਆ, ਪਰ ਮਈ 2018 ਤੱਕ ਹੀ 31.60 ਕਰੋੜ ਲੋਕ ਇਸ ਸਕੀਮ ਨਾਲ ਜੁੜ ਗਏ। ਜਨਧਨ ਸਕੀਮ ਤਹਿਤ ਖਾਤੇ ਖੁੱਲ੍ਹਣ ਨਾਲ 81,203.59 ਕਰੋੜ ਰੁਪਏ ਬੈਂਕਾਂ ਵਿੱਚ ਜਮ੍ਹਾਂ ਹੋਏ। ਇਸੇ ਤਰ੍ਹਾਂ ਸਰਕਾਰ ਨੇ ਇਹ 8,000 ਕਰੋੜ ਰੁਪਏ ਦੇ ਬਜਟ ਵਾਲੀ ਯੋਜਨਾ 1 ਮਈ 2016 ਨੂੰ ਲਾਂਚ ਕੀਤੀ, ਜਿਸ ਦਾ ਟੀਚਾ 2018 ਤੱਕ ਗਰੀਬ ਔਰਤਾਂ ਨੂੰ ਦਸੰਬਰ ਮੁਫ਼ਤ LPG ਕਨੈਕਸ਼ਨ ਮੁਹੱਈਆ ਕਰਵਾਉਣਾ ਸੀ। ਹੁਣ ਤੱਕ ਇਸ ਸਕੀਮ ਤਹਿਤ 10 ਕਰੋੜ ਕਨੈਕਸ਼ਨ ਦਿੱਤੇ ਜਾ ਚੁੱਕੇ ਨੇ, ਜਿਨ੍ਹਾਂ ਵਿੱਚੋਂ 4 ਕਰੋੜ ਕਨੈਕਸ਼ਨ ਮੁਫ਼ਤ ਦਿੱਤੇ ਗਏ, ਜਦਕਿ ਕੁੱਲ ਮਿਲਾ ਕੇ ਇਸ ਸਕੀਮ ਤਹਿਤ 10 ਕਰੋੜ ਕਨੈਕਸ਼ਨ ਦਿੱਤੇ ਗਏ ਹਨ। ਇਸ ਸਕੀਮ ਨਾਲ ਭਾਜਪਾ ਦਾ ਰੁੱਖ ਮਜ਼ਬੂਤ ਹੋ ਗਿਆ। ਇਸ ਤੋਂ ਇਲਾਵਾ ਸਰਕਾਰ ਨੇ 1 ਜੁਲਾਈ 2015 ਨੂੰ ਡਿਜੀਟਲ ਇੰਡੀਆ ਯੋਜਨਾ ਲਾਂਚ ਕੀਤੀ, ਜਿਸ ਦਾ ਮਕਸਦ ਬਿਨਾਂ ਕਾਗਜ਼ ਦੀ ਵਰਤੋਂ ਤੋਂ ਸਰਕਾਰੀ ਸੇਵਾਵਾਂ ਇਲੈਕਟ੍ਰੋਨਿਕ ਰੂਪ ਨਾਲ ਜਨਤਾ ਤੱਕ ਪਹੁੰਚਾਈਆਂ ਜਾ ਸਕਣ। ਮੌਜੂਦਾ ਸਮੇਂ ਵਿੱਚ ਸਰਕਾਰ ਦੀਆਂ 400 ਤੋਂ ਜ਼ਿਆਦਾ ਯੋਜਨਾਵਾਂ ਵਿੱਚ ਡਿਜੀਟਲ ਭੁਗਤਾਨ ਕੀਤਾ ਜਾ ਰਿਹਾ। ਸਰਕਾਰ ਦਾ ਦਾਅਵਾ ਹੈ ਕਿ ਉਸਨੇ ਅਜਿਹਾ ਕਰਕੇ 67,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਨੂੰ ਗਲਤ ਹੱਥਾਂ ਵਿੱਚ ਜਾਣ ਤੋਂ ਬਚਾਇਆ। ਮੋਦੀ ਸਰਕਾਰ ਨੇ 22 ਜਨਵਰੀ 2015 ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਲਾਂਚ ਕੀਤੀ ਸੀ। ਇਸ ਦਾ ਮਕਸਦ ਸਿੱਖਿਆ ਦੀ ਮਦਦ ਨਾਲ ਭਰੂਣ ਹੱਤਿਆ ਰੋਕਣਾ ਹੈ। ਇਹ ਯੋਜਨਾ 640 ਜ਼ਿਲ੍ਹਿਆਂ ਵਿੱਚ ਚੱਲ ਰਹੀ ਹੈ। ਇਸ ਦੇ ਚੱਲਦਿਆਂ 104 ਜ਼ਿਲ੍ਹਿਆਂ ਵਿੱਚ ਮਹਿਲਾ ਜਨਮ ਦਰ ਵਿੱਚ ਵਾਧਾ ਹੋਇਆ। ਮਨ ਕੀ ਬਾਤ ਭਾਵੇਂ ਕਿ ਇਹ ਕੋਈ ਯੋਜਨਾ ਨਹੀਂ, ਪਰ ਇਸ ਨਾਲ ਮੋਦੀ ਸਰਕਾਰ ਨੇ ਜਨਤਾ ਨਾਲ ਜੁੜਨ ਦੀ ਜੋ ਪਹਿਲਕਦਮੀ ਕੀਤੀ ਹੈ ਉਸ ਨਾਲ ਭਾਜਪਾ ਨੂੰ ਕਾਫੀ ਮਜ਼ਬੂਤੀ ਮਿਲੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਅਕਤੂਬਰ 2014 ਨੂੰ ਪਹਿਲੀ ਵਾਰ ਮਨ ਕੀ ਬਾਤ ਕੀਤੀ ਸੀ ਅਤੇ ਹੁਣ ਤੱਕ ਉਹ 43 ਵਾਰ ਮਨ ਕੀ ਬਾਤ ਕਰ ਚੁੱਕੇ ਹਨ। ਉਂਝ ਭਾਵੇਂ ਉਹਨਾਂ ਨੇ ਮੁਸਲਮਾਨਾਂ ਦੀ ਟੋਪੀ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ, ਪਰ ਮਨ ਕੀ ਬਾਤ ਦੇ 43ਵੇਂ ਐਪੀਸੋਡ ਵਿੱਚ ਉਹਨਾਂ ਨੂੰ ਮੁਸਲਮਾਨਾਂ ਦੀ ਯਾਦ ਆਈ ਅਤੇ ਉਹਨਾਂ ਨੇ ਪੈਗੰਬਰ ਮੁਹੰਮਦ ਸਾਹਿਬ ਨੂੰ ਯਾਦ ਕੀਤਾ। ਮੋਦੀ ਸਰਕਾਰ ਦੇ ਪਿਛਲੇ 4 ਸਾਲ ਦੇ ਕਾਰਜਕਾਲ ਵਿੱਚ ਭਾਵੇਂ ਕੁਝ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੇ ਭਾਅ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਪਰ ਇਸ ਦੌਰਾਨ ਕੁਝ ਅਜਿਹੀਆਂ ਘਰੇਲੂ ਵਰਤੋਂ ਦੀਆਂ ਵਸਤਾਂ ਵੀ ਹਨ ਜਿਨ੍ਹਾਂ ਦੀਆਂ ਕੀਮਤਾਂ ਵਿੱਚ 8 ਤੋਂ ਲੈ ਕੇ 33% ਵਾਧਾ ਹੋ ਗਿਆ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੇ ਤਾਂ ਹੁਣ ਤੱਕ ਦੇ ਸਾਰੇ ਰਿਕਾਰਡ ਹੀ ਤੋੜ ਦਿੱਤੇ ਨੇ। ਦੇਸ਼ ਦੇ ਕੁਝ ਸੂਬਿਆਂ ਵਿੱਚ ਪੈਟਰੋਲ ਦਾ ਭਾਅ 80 ਰੁਪਏ ਲੀਟਰ ਤੋਂ ਵੀ ਪਾਰ ਕਰ ਚੁੱਕਿਆ, ਜਦਕਿ ਡੀਜ਼ਲ ਦੀ ਕੀਮਤ ਵੀ ਪੈਟਰੋਲ ਦੇ ਬਰਾਬਰ ਪਹੁੰਚਣ ਵਾਲੀ ਹੈ। ਇਸੇ ਤਰ੍ਹਾਂ LPG ਗੈਸ ਦਾ ਸਿਲੰਡਰ ਵੀ ਮਹਿੰਗਾ ਹੋਇਆ, ਜਦਕਿ ਦੁੱਧ 52 ਤੋਂ 60 ਰੁਪਏ ਤੱਕ ਪਹੁੰਚ ਗਿਆ। ਫਿਲਹਾਲ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਕਰਕੇ ਵੱਡੀ ਗਿਣਤੀ ਵਿੱਚ ਲੋਕ ਮੋਦੀ ਸਰਕਾਰ ਨੂੰ ਕੋਸ ਰਹੇ ਨੇ। ਦੱਸ ਦਈਏ ਕਿ ਮੋਦੀ ਸਰਕਾਰ ਇਹਨਾਂ 4 ਸਾਲ ਦੌਰਾਨ ਫਿਰਕੂ ਬਿਆਨਬਾਜ਼ੀਆਂ ਨੂੰ ਲੈ ਕੇ ਵੀ ਕਾਫੀ ਚਰਚਾ 'ਚ ਰਹੀ, ਜਿਨ੍ਹਾਂ 'ਤੇ ਸਿੱਧੇ ਤੌਰ 'ਤੇ RSS ਦਾ ਪ੍ਰਭਾਵ ਨਜ਼ਰ ਆਉਂਦਾ ਹੈ। ਜਿੱਥੇ ਸਰਕਾਰ ਨੇ ਇੱਕ ਪਾਸੇ ਜਨਤਕ ਯੋਜਨਾਵਾਂ ਨਾਲ ਪ੍ਰਸਿੱਧੀ ਹਾਸਲ ਕੀਤੀ ਹੈ, ਉੱਥੇ ਫਿਰਕੂ ਕੱਟੜਵਾਦੀ ਤੇ ਪੱਖਪਾਤੀ ਬਿਆਨਬਾਜ਼ੀਆਂ ਕਾਰਨ ਭਾਜਪਾ ਦੇ ਵੱਧ ਰਹੇ ਗ੍ਰਾਫ ਵਿੱਚ ਵੀ ਕਾਫੀ ਗਿਰਾਵਟ ਆਈ ਹੈ, ਜਿਸ ਦਾ ਨਤੀਜਾ ਭਾਜਪਾ UP ਦੀਆਂ ਚੋਣਾਂ ਵਿੱਚ ਹੀ ਦੇਖ ਚੁੱਕੀ ਹੈ।
ਕਰਨਾਟਕ ਦਾ ਨਾਟਕ ਵੀ ਭਾਜਪਾ ਦੇ ਅਕਸ ਨੂੰ ਧੱਬਾ ਲਗਾ ਗਿਆ, ਜਿਸ ਦਾ ਕੁਛ ਨਾ ਕੁਛ ਅਸਰ 2019 ਦੀਆਂ ਆਮ ਚੋਣਾਂ ਵਿੱਚ ਜ਼ਰੂਰ ਦੇਖਣ ਨੂੰ ਮਿਲੇਗਾ। ਹੁਣ ਜੇਕਰ ਮੋਦੀ ਸਰਕਾਰ ਨੇ ਜਲਦ ਪਾਰਟੀ ਵਿੱਚ ਪੈਦਾ ਹੋਈਆਂ ਉਕਤ ਖਾਮੀਆਂ ਨੂੰ ਨਾ ਸੁਧਾਰਿਆ ਤਾਂ ਭਾਜਪਾ ਲਈ 2019 ਦੀ ਰਾਹ ਔਖੀ ਹੋ ਜਾਵੇਗੀ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।